ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦੇ ਸਕੱਤਰ ਸੰਜੀਤ ਜਾਜੂ ਨੇ ਅੱਜ ਗੁਆਹ ਦੀ ਪੰਜੀ ਵਿੱਚ ਕੁਮਾਂਤਰੀ ਫਿਲਮ ਫੈਸਟੀਵਲ 2024 ਬੰਦੀ ਸਮੀਖਿਆ ਮੀਟਿੰਗ ਕੀਤੀ ਇਸ ਵਿੱਚ ਗੁਆਹ ਦੇ ਮੁਖ ਸਕੱਤਰ ਪੁਨੀਤ ਕੋਇਲ ਫਿਲਮ ਫੈਸਟੀਵਲ ਦੇ ਡਾਇਰੈਕਟਰ ਸ਼ੇਖਰ ਕਪੂਰ ਕੌਮੀ ਫਿਲਮ ਵਿਕਾਸ ਨਿਗਮ ਗੁਆਹ ਦੀ ਮਨੋਰੰਜਨ ਸੁਸਾਇਟੀ ਅਤੇ ਹੋਰ ਸੰਬੰਧਿਤ ਅਧਿਕਾਰੀ ਮੌਜੂਦ ਸਨ ਮਗਰ ਸੂਚਨਾ ਤੇ ਪ੍ਰਸ਼ਾਸਨ ਮੰਤਰਾਲੇ ਦੇ ਸਕੱਤਰ ਨੇ ਗੁਆਹ ਦੀ ਮੁੱਖ ਮੰਤਰੀ ਪ੍ਰਮੋਤ सावंत ਨਾਲ ਮੁਲਾਕਾਤ ਕੀਤੀ ਭਾਰਤ ਦਾ 55 55ਵਾਂ ਕੁਮਾਂਤਰੀ ਫਿਲਮ ਫੈਸਟੀਵਲ ਨਵੰਬਰ ਮਹੀਨੇ ਵਿੱਚ 20 ਤੋਂ 28 ਤੱਕ ਗੋਆ ਵਿੱਚ ਹੋਵੇਗਾ